ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦੇ ਹੋਏ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ। ਔਰ ਅਸੀਂ ਦੱਸੀਏ ਤੁਹਾਨੂੰ ਕਿ ਇਹ ਜਿਹੜੀ ਗ੍ਰਿਫਤਾਰੀ ਆ ਕੱਲ੍ਹ ਦੇਰ ਰਾਤਰੀ ਕੀਤੀ ਗਈ ਹੈ, ਔਰ ਸੁੰਦਰ ਸ਼ਾਮ ਅਰੋੜਾ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦਿੰਦੇ ਹੋਏ ਗ੍ਰਿਫਤਾਰ ਕੀਤਾ, ਰੰਗੇ ਹੱਥੀ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀ ਵਿਜੀਲੈਂਸ ਵੱਲੋਂ ਜੀਰਕਪੁਰ ਤੋਂ ਕੀਤੀ ਗਈ ਆ। ਸੁੰਦਰ ਸ਼ਾਮ ਅਰੋੜਾ ਦੀ 3 ਇਨਕੁਆਇਰੀਆਂ ਚੱਲ ਰਹੀਆਂ ਸੀ ਪੰਜਾਬ ਵਿਜੀਲੈਂਸ ਭਵਨ ਵਿੱਚ। ਇੱਕ ਤਾਂ ਆਏ ਤੋਂ ਅਧਿਕ ਸੰਪੱਤੀ ਦੀ, ਇੱਕ JCT ਦੀ ਜ਼ਮੀਨ ਦੀ, ਇੱਕ ਸਰਕਾਰੀ ਜਿਹੜੀਆਂ ਜ਼ਮੀਨਾਂ ਉਸਦੇ ਘਪਲੇ ਦੀਆਂ, 3 ਵੱਖ ਵੱਖ ਇਨਕੁਆਇਰੀਆਂ ਚੱਲ ਰਹੀਆਂ ਸੀ ਜਿਸ ਵਿੱਚ ਸੁੰਦਰ ਸ਼ਾਮ ਅਰੋੜਾ ਦਾ ਨਾਮ ਵੱਜਦਾ ਸੀਗਾ। ਸੁੰਦਰ ਸ਼ਾਮ ਅਰੋੜਾ ਇਹਨਾਂ ਮਾਮਲਿਆਂ ਵਿੱਚ ਬਚਣਾ ਚਾਹੁੰਦਾ ਸੀਗਾ। ਉਹ ਇਸੇ ਕਰਕੇ ਉਹਨਾਂ ਨੇ AIG ਮਨਮੋਹਨ ਸ਼ਰਮਾ ਕਰਕੇ ਇੱਕ AIG ਆ, ਉਹਨਾਂ ਦੇ ਨਾਲ ਸੁੰਦਰ ਸ਼ਾਮ ਅਰੋੜਾ ਦੇ ਸੰਬੰਧ ਸੀਗੇ। ਔਰ ਸੁੰਦਰ ਸ਼ਾਮ ਅਰੋੜਾ 2-3 ਦਿਨ ਪਹਿਲਾਂ ਉਹਨਾਂ ਦੇ ਘਰੇ ਗਏ, ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਔਰ ਮਨਮੋਹਨ ਸ਼ਰਮਾ ਨੂੰ ਕਿਹਾ ਕਿ ਮੈਂ ਤੈਨੂੰ 1 ਕਰੋੜ ਰੁਪਇਆ ਇਸ ਮਾਮਲੇ 'ਚ ਦੇਵਾਂਗਾ ਅਗਰ ਤੁਸੀਂ ਮੇਰਾ ਬਚਾਓ ਕਰ ਦੋਗੇ। ਉੱਥੇ 1 ਕਰੋੜ ਰੁਪਏ ਦੀ ਡੀਲ ਹੋਈ, ਪਰ ਮਨਮੋਹਨ ਸ਼ਰਮਾ ਨੇ ਇਸ ਮਾਮਲੇ ਵਿੱਚ AIG ਜਿਹੜੇ ਆ ਉਹਨਾਂ ਨੇ ਇਸ ਮਾਮਲੇ ਵਿੱਚ ਵਿਜੀਲੈਂਸ ਚੀਫ ਨੂੰ ਸਾਰੀ ਗੱਲਬਾਤ ਆ ਕੇ ਦੱਸਤੀ, ਜਿਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਵੀ ਸੁੰਦਰ ਸ਼ਾਮ ਅਰੋੜਾ ਜਿਸ ਟਾਈਮ ਪੈਸੇ ਦੇਗਾ ਤਾਂ ਉਹਨਾਂ ਨੂੰ ਰੰਗੇ ਹੱਥੀ ਫੜਿਆ ਜਾਵੇ। ਇੱਕ ਟੈਪ ਲਗਾਇਆ ਗਿਆ ਜਿੱਥੇ ਇੰਡੀਪੈਂਡੈਂਟ ਜਿਹੜੇ ਆ ਗਵਾਹ ਬਣਾਏ ਗਏ, ਸਰਕਾਰੀ ਅਤੇ ਅਧਿਕਾਰੀ 2 ਇੰਡੀਪੈਂਡੈਂਟ ਗਵਾਹ ਬਣਾਏ ਗਏ। ਔਰ ਸੁੰਦਰ ਸ਼ਾਮ ਅਰੋੜਾ ਨੇ ਡਿਸਾਈਡ ਕੀਤਾ ਕਿ 2 ਕਿਸ਼ਤਾਂ ਵਿੱਚ 1 ਕਰੋੜ ਰੁਪਇਆ ਦੇਗਾ। 50-50 ਲੱਖ ਦੀਆਂ 2 ਕਿਸ਼ਤਾਂ ਬਣਾਈਆਂ। ਪਹਿਲੀ ਕਿਸ਼ਤ ਜਦੋਂ ਉਹ ਦੇਣ ਆਇਆ ਜੀਰਕਪੁਰ ਵਿੱਚ ਤਾਂ ਉਹਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿੱਤਾ ਗਿਆ। ਔਰ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ, ਇਹ ਜਿਹੜੇ ਪੈਸੇ ਸੀ 50 ਲੱਖ ਰੁਪਇਆ ਇੱਕ ਬੈਗ 'ਚ ਦੇਣ ਆਇਆ ਸੀਗਾ ਜਿਸ ਵਿੱਚ 2 2000 ਦੇ ਨੋਟ ਸੀ ਅਤੇ 500-500 ਦੇ ਨੋਟ ਸੀਗੇ। ਉਹ ਪੂਰਾ ਬੈਗ ਨੋਟਾਂ ਨਾਲ ਭਰਿਆ ਹੋਇਆ ਸੀਗਾ। ਔਰ ਜਦੋਂ ਸੁੰਦਰ ਸ਼ਾਮ ਅਰੋੜਾ ਉਹ ਬੈਗ ਆਪਣੀ ਗੱਡੀ 'ਚੋਂ ਕੱਢ ਕੇ AIG ਮਨਮੋਹਨ ਦੀ ਗੱਡੀ 'ਚ ਰੱਖ ਰਿਹਾ ਸੀਗਾ, ਉਸ ਸਮੇਂ ਉਹਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿੱਤਾ ਗਿਆ। ਇਸ ਸਮੇਂ ਉਹਨਾਂ ਦੇ ਨਾਲ ਸੁੰਦਰ ਸ਼ਾਮ ਅਰੋੜਾ ਦੇ ਨਾਲ ਉਹਨਾਂ ਦੇ PA ਅਤੇ ਡਰਾਈਵਰ ਵੀ ਸੀਗੇ ਜਿਨ੍ਹਾਂ ਨੂੰ ਹਿਰਾਸਤ 'ਚ ਲੈ ਲਿੱਤਾ ਗਿਆ ਅਤੇ ਇਹ ਉਹਨਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਵੀ ਉਹਨਾਂ ਦਾ ਇਸ ਮਾਮਲੇ ਵਿੱਚ ਕੀ ਰੋਲ ਆ। ਸੁੰਦਰ ਸ਼ਾਮ ਅਰੋੜਾ ਨੂੰ ਅੱਜ ਅੱਜ ਕਿਉਂਕਿ ਸੰਡੇ ਆ, ਰਵੀਵਾਰ ਆ, ਅੱਜ ਜ਼ਿਲ੍ਹਾ ਅਦਾਲਤ ਜਿਹੜੀ ਆ ਬੰਦ ਹੈ, ਇਸ ਕਰਕੇ ਡਿਊਟੀ ਮੈਜਿਸਟਰੇਟ ਦੇ ਅੱਗੇ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਏਗਾ। ਔਰ ਇਹ ਪਤਾ ਕੀਤਾ ਜਾਏਗਾ ਕਿ ਇਹ 50 ਲੱਖ ਰੁਪਇਆ ਉਹਨਾਂ ਕੋਲ ਕੈਸ਼ ਕਿੱਥੋਂ ਆਇਆ ਔਰ ਜਿਹੜੀਆਂ ਕਹਿੰਦੇ ਹੋਰ ਉਹਨਾਂ ਕੋਲ ਕਿੰਨਾ ਕੈਸ਼ ਹੈ। ਇਸ ਮਾਮਲੇ ਵਿੱਚ ਉਹਨਾਂ ਦੇ ਘਰ ਦੀ ਸਰਚ ਕੀਤੀ ਗਈ ਆ, ਹੋਰ ਜਿਹੜੀਆਂ ਗੱਲਾਂ ਹੈਗੀਆਂ ਇਹ ਅਦਾਲਤ ਵਿੱਚ ਸਾਹਮਣੇ ਆਉਣਗੀਆਂ। ਔਰ ਅਸੀਂ ਤੁਹਾਨੂੰ ਇਹ ਸਾਰੀ ਜਾਣਕਾਰੀ ਜਿੱਦਾਂ ਜਿੱਦਾਂ ਹੋਏਗੀ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਇਸ ਸੰਬੰਧ ਜਾਂ ਇਸ ਕੇਸ ਦੇ ਸੰਬੰਧਿਤ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਨੋਮਾ ਯਾਦ ਦੇ ਨਾਲ, ਦੈਨਿਕ ਸਵੇਰਾ TV ਲਈ ਮੋਹਾਲੀ, ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰੋਂ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬੰਦ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ, ਬਾਬਾ ਯਾਮੀਨ ਬੰਗਾਲੀ, 96435-0321।